जी सत श्री अकाल ते नाले जिहड़ी तुहाडी हुण ड्यूटी बणदी आ चैनल नूं सबसक्राइब कर दो एदां उंगल मार के नाले बैल आइकोन बणिया होया घंटी जिही उहदे ते भी मार दो क्योंकि जदों कोई नवीं चीज़ असीं होर पाई तां तुहानूं नाल दी नाल नोटिफिकेशन आ जूगी सो कर लो सबसक्राइब। सत श्री अकाल दोस्तों, मैं हाँ थोड़ा अपना मैक सिंह ते आपां अज खड़े आ मिर्जापुर एक पिंड दे विच जिहड़ा कि पंजाब दा आखरी पिंड मन्निया जांदा है ते असीं अज अपने क्रू दे नाल देखते फिरते सीगे ते असीं पहुँच चुके हाँ लोकेशन लौंग लैशी दे सैट दे उत्ते। एक लाइव सैट है जी जिथे कि लोग रहिंदे ने जिथे परिवार वसदे ने ते उन्हां ही परिवार दे नाल असीं कुछ गलबात करन जा रहे हैं। ये वह घर है जी जिथे नीरू बाजवा ते अमरदीप खोणा ने एमी विर्क खोणा ने रल के लौंग लैशी फिल्म शूट की जिहड़ी कि 2 तों 2.5 महीने शूट चलिया ते बड़ी मेरी भैन है। बड़ी अजीब गल है, मैं अपनी भैन कुछ गल करना चाहना कि प्यारी लोकेशन है ते प्यारा वातावरण उरे दा, बड़ी कुदरत दी बहुत मेहरबानी है। ते जिदा कि साडी भैन नाल असां लगा होंगी जी जिहड़े कुलदीप कॉलेज, मैनूं इह दसो कि प्रोडक्शन दे लोक आए, नीरू बाजवा आई, अमरदीप होनी आए, एमी विर्क होनी आए सी ते किन्ने किन्ना चिर उन्होंने शूटिंग की? थोड़ा नेड़े आ जाओ थोड़ा जिहा। ਅਤੇ ਸ਼ੂਟਿੰਗ ਦੇ ਬਦਲੇ ਉਹਨਾਂ ਤੁਹਾਨੂੰ ਕੁਛ ਦਿੱਤਾ? ਪੈਸਾ ਕੋਈ ਨਹੀਂ ਦਿੱਤਾ। ਅਤੇ ਇੱਕ ਗੱਲ ਜ਼ਰੂਰ ਹੈ ਜੀ, ਅਸੀਂ ਬਹੁਤ ਪੈਸਾ ਕਮਾ ਲਿਆ ਸੀ, ਕਰੋੜਾਪਤੀ ਹੋ ਗਏ ਸੀ, ਅਰਬਾਪਤੀ ਅਸੀਂ ਬਣ ਗਏ ਹਾਂ, ਪਰ ਗਰੀਬ ਦਾ ਹੱਕ ਉਹਦੇ ਤੱਕ ਪੂਰਾ ਪਹੁੰਚਾਉਣ ਦਾ ਜਿਹੜਾ ਸਾਡੇ ਜਿਹੜੀ ਘਾਟ ਰਹਿ ਜਾਂਦੀ ਹੈ ਉਹ ਇੱਕ ਘਾਟ ਦਾ ਇੱਕ ਨਮੂਨਾ ਮੈਂ ਤੁਹਾਨੂੰ ਦਿਖਾਉਣਾ। ਸ਼ੂਟਿੰਗ ਦੇ ਬਦਲੇ 2-2.5 ਮਹੀਨੇ ਨਾਲ ਆਪਣਾ ਘਰ ਇਸਤੇਮਾਲ ਕੀਤਾ ਉਹਨਾਂ ਦਾ ਜਿੱਥੇ ਕਿ ਉਹ ਰਹਿੰਦੇ ਸੀ ਖੁਦ, ਅਤੇ ਇੱਕ ਕਮਰਾ ਪਾ ਕੇ ਦਿੱਤਾ ਇਹਨਾਂ ਨੂੰ ਵਿਚਾਰਿਆਂ ਨੂੰ, ਜਰਾ ਨੇੜੇ ਆਓ ਜਰਾ ਇਸ ਕਮਰੇ ਦੀ। ਹਜੇ ਤੱਕ ਲੈਂਟਰ ਹਜੇ ਤੱਕ ਨਹੀਂ ਪਾਇਆ ਗਿਆ, ਨਾ ਲਪਾਈ ਹੋਈ ਹੈ ਅਤੇ ਨਾ ਲੈਂਟਰ ਹੋਇਆ। ਮੇਰਾ ਮਕਸਦ ਕਲਾਕਾਰਾਂ ਨੂੰ ਬਦਨਾਮ ਕਰਨਾ ਨਹੀਂ ਅਤੇ ਨਾ ਮੈਂ ਕਦੇ ਕੀਤਾ। ਅੱਜ ਮੈਂ ਇਸ ਲੋਕੇਸ਼ਨ 'ਤੇ ਪਹੁੰਚਿਆ ਅਤੇ ਮੈਨੂੰ ਆਹ ਸੁਣ ਕੇ ਦੇਖ ਕੇ ਬੜਾ ਅਫਸੋਸ ਹੋਇਆ ਅਤੇ ਮੈਂ ਇੰਸਟੈਂਟਲੀ ਫਿਰ ਮੈਂ ਇਹ ਵੀਡੀਓ ਮੈਂ ਬਣਾਈ ਹੈ ਸੋ ਦੈਟ ਪ੍ਰੋਡਕਸ਼ਨ ਹਾਊਸਿਸ ਅਤੇ ਫਿਲਮ ਮੇਕਰਸ ਤੱਕ, ਨੀਰੂ ਬਾਜਵਾ ਹੋਣਾ ਤੱਕ, ਅਮਰਦੀਪ ਹੋਣਾ ਤੱਕ, ਐਮੀ ਵਿਰਕ ਹੋਣਾ ਤੱਕ, ਜੋ ਜੋ ਪ੍ਰੋਡਕਸ਼ਨ ਨਾਲ ਜੁੜੇ ਹੋਏ ਨੇ, ਲੌਂਗ ਲੈਚੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਤੱਕ ਇਹ ਵੀਡੀਓ ਪਹੁੰਚੇ ਸੋ ਦੈਟ ਇਹਨਾਂ ਗਰੀਬਾਂ ਨੂੰ ਇਹਨਾਂ ਦਾ ਬਣਦਾ ਹੱਕ ਮਿਲੇ। ਔਰ ਮੈਂ ਕੁਛ ਜ਼ਿਆਦਾ ਨਹੀਂ ਕਹੂੰਗਾ, ਜਿਵੇਂ ਮੇਰੀ ਭੈਣ ਕੁਲਦੀਪ ਹੈ, ਜਿਵੇਂ ਉਹਨਾਂ ਨੇ ਤੁਹਾਨੂੰ ਆਪਣੇ ਮੂੰਹੋਂ ਦੱਸਿਆ ਕਿ 2.5 ਮਹੀਨੇ ਸ਼ੂਟਿੰਗ ਚੱਲੀ ਅਤੇ ਇਹਨਾਂ ਨੂੰ ਦੇਖੋ ਤੁਸੀਂ ਹੋਰ ਵੀ ਪਾਸੇ ਸ਼ੂਟ ਕਰਨ ਜਾਂਦੇ ਹੋ, ਤੁਸੀਂ ਮਹਿੰਗੀਆਂ ਮਹਿੰਗੀਆਂ ਲੋਕੇਸ਼ਨਾਂ 'ਤੇ ਸ਼ੂਟ ਕਰਨ ਜਾਂਦੇ ਹੋ ਜਿੱਥੇ ਤੁਹਾਡੇ ਕੋਲ ਲੱਖਾਂ ਰੁਪਈਆ ਲਿਆ ਜਾਂਦਾ ਕਿ ਨਹੀਂ ਲਿਆ ਜਾਂਦਾ, ਕਹਿ ਦਿਓ ਜੇ ਮੈਂ ਝੂਠ ਬੋਲਦਾ। ਇੱਕ ਗਰੀਬ ਨੂੰ ਦੇਣ ਵਾਸਤੇ ਤੁਹਾਡੇ ਕੋਲ ਰੁਪਈਏ ਮੁੱਕ ਜਾਂਦੇ ਨੇ, 2.5 ਮਹੀਨੇ ਦਾ ਲੋਕੇਸ਼ਨ ਯੂਜ਼ ਕਰ ਦਿਓ। ਮੈਂ ਕਹਿੰਦਾ ਚੰਡੀਗੜ੍ਹ ਸ਼ਹਿਰ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, 2.5 ਦਿਨਾਂ ਦਾ ਮੈਨੂੰ ਆਪ ਆਪਣੇ ਮੂੰਹੋਂ ਦੱਸੋ ਰੈਂਟ ਕਿੰਨਾ ਹੁੰਦਾ 2.5 ਦਿਨ ਦਾ, ਅਤੇ ਤੁਸੀਂ ਇਹਨਾਂ ਲੋਕਾਂ ਦਾ 2.5 ਮਹੀਨੇ ਤੁਸੀਂ ਸ਼ੂਟ ਕਰਕੇ ਗਏ ਹੋ ਇਹਨਾਂ ਦੇ ਆਪਣੇ ਘਰ ਦੇ ਵਿੱਚ। ਯੂ ਸ਼ੁੱਡ ਥਿੰਕ ਵਨ ਮੋਰ ਟਾਈਮ ਪਲੀਜ਼। ਜੇ ਮੇਰੀ ਗੱਲ ਤੁਹਾਨੂੰ ਇਹ ਚੰਗੀ ਲੱਗਦੀ ਹੈ, ਜੇ ਮੇਰੀ ਗੱਲ ਦੇ ਵਿੱਚ ਤੁਹਾਨੂੰ ਵਜ਼ਨ ਲੱਗਦਾ ਤਾਂ ਮੇਰੀ ਭੈਣ ਕੁਲਦੀਪ ਹੋਣਾ ਨੂੰ ਇਹਨਾਂ ਦਾ ਬਣਦਾ ਹੱਕ ਦੇ ਦਿਓ ਵੀਰ ਬਣ ਕੇ। ਹੋਰ ਮੇਰੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ, ਜੋ ਫੀਲ ਹੋਇਆ ਉਹ ਆਪਾਂ ਕਹਿਤਾ, ਬਾਕੀ ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।